اعوذ باللہ من الشیطان الرجیم بسم اللہ الرحمن الرحیم الف لام میم اتارنا اے کتاب دا جس وچ کچھ شک نہیں سارے جگ دے پالن والے دی طرفوں پلا اخدے نے پئی اے چوٹ جوڑ لئی سو سگوں اے سچے تیرے رب ولوں تاں تُوں ڈراویں کیسی قوم نو جنہاں کول نہیں آیا کوئی ڈرانے والا ت ایتھوں پہلے شاید اوراں پے جاں ਅੱਲਾ ਉਹ ਹੈ ਜਿਸ ਪੈਦਾ ਕੀਤੇ ਅਸਮਾਨ ਤੇ ਜ਼ਮੀਨ ਤੇ ਜੋ ਵਿਚਕਾਰ ਦੇ ਦੋਵਾਂ ਦੇ ਛਿਆਂ ਦਿਨਾਂ ਵਿੱਚ ਫਿਰ ਚੜ੍ਹਿਆ ਅਰਸ਼ ਉੱਤੇ ਨਹੀਂ ਤੁਸਾਂ ਦਾ ਸਵਾ ਉਹਦੇ ਕੋਈ ਹਮੈਤੀ ਨਾ ਸ਼ਫਾਤ ਕਰਨ ਵਾਲਾ ਭਲਾ ਫਿਰ ਨਸੀਹਤ ਨਹੀਂ ਲੈਂਦੇ ਹੋ ਤਦਬੀਰ ਕਰਕੇ ਉਤਾਰਦਾ ਹੈ ਕੰਮ ਦੀ ਅਸਮਾਨੋਂ ਜ਼ਮੀਨ ਵੱਲ ਫਿਰ ਇਸ ਤਦਬੀਰ ਦੀ ਰੂਦਾਤ ਚੜ੍ਹਦੀ ਏ ਉਹਦੇ ਕੋਲ ਇੱਕ ਐਸੇ ਦਿਨ ਵਿੱਚ ਜਿਸ ਦਾ ਮਿqdaਰ ਹੈ ਹਜ਼ਾਰ ਬਰੇ ਦਾ ਉਸ ਸਾਹਮਣੇ ਜੋ ਤੁਸੀਂ ਗਿਣਦੇ ਹੋ ਇਹ ਹੀ ਜਾਣਨੇ ਵਾਲਾ ਗਾਇਬ ਤੇ ਜ਼ਾਹਿਰ ਦਾ ਬੜਾ ਜ਼ੋਰਾ ਬਾਰ ਮਿਹਰਬਾਨ ਜੇ ਸੋਹਣੀ ਬਣਾਈ ਹਰ ਚੀਜ਼ ਜੋ ਪੈਦਾ ਕੀਤੀ ਤੇ ਸ਼ੁਰੂ ਕੀਤਾ ਬਣਾਣਾ ਆਦਮੀ ਦਾ ਗਾਰੇ ਤੋਂ ਫਿਰ ਬਣਾਈ ਔਲਾਦ ਉਹਦੀ ਨੁਚੜੇ ਹੋਈ ਪਾਣੀ ਬੇਕਦਰ ਤੋਂ ਫਿਰ ਨਕ ਨਕਸ਼ਾ ਬਰਾਬਰ ਕੀਤਾ ਉਸ ਦਾ ਤੇ ਫੂਕੀ ਉਸ ਵਿੱਚ ਆਪਣੇ ਕੋਲੋਂ ਜਾਨ ਤੇ ਬਣਾ ਦਿੱਤੇ ਸੂ ਤੁਹਾਡੇ ਕੰਨ ਤੇ ਅੱਖੀਆਂ ਤੇ ਦਿਲ ਬਹੁਤ ਥੋੜਾ ਸ਼ੁਕਰ ਕਰਦੇ ਹੋ ਤੇ ਆਖਿਓ ਨੇ ਪਲਾਜਾ ਦਸੀ ਰਲ ਜਾਗੇ ਜ਼ਮੀਨ ਵਿੱਚ ਪਲਾ ਸੋ ਜ਼ਰੂਰ ਨਵੇਂ ਸਿਰਿਓਂ ਪੈਦਾ ਹੋਣਾ ਸਗੋਂ ਆਪਣੇ ਰੱਬ ਨਾਲ ਮੇਲ ਹੋਣਾ ਨਹੀਂ ਮੰਨਦੇ ਇਹਨਾਂ ਨੂੰ ਆਖੋ ਫੌਤ ਕਰਦਾ ਤੁਹਾਨੂੰ ਫਰਿਸ਼ਤਾ ਮੌਤ ਦਾ ਜਿਹੜਾ ਮੁਕਰਰ ਕੀਤਾ ਗਿਆ ਤੁਸਾਂ ਉੱਤੇ ਫਿਰ ਆਪਣੇ ਰੱਬ ਵੱਲ ਮੋੜੇ ਜਾਓਗੇ ਜੇ ਕਦੀ ਤੂੰ ਵੇਖੇ ਜਦ ਪਾਪੀਆਂ ਨੇ ਨਿਵਾਹ ਰੱਖੇ ਹੋਣਗੇ ਸਿਰ ਆਪਣੇ ਆਪਣੇ ਰੱਬ ਕੋਲ ਆਖਣਗੇ ਸਾਡੇ ਰੱਬਾ ਅਸਾਂ ਵੇਖ ਲਿਆ ਤੇ ਸੁਣ ਲਿਆ ਹੁਣ ਮੋਰ ਕੱਲ ਸਾਨੂੰ ਅਸੀਂ ਕਰ ਲਈਏ ਪੁਲਿਆਈ ਸਾਨੂੰ ਯਕੀਨ ਆ ਗਿਆ ਫਰਮਾਇਆ ਜਾਏਗਾ ਤੇ ਜੇ ਕਦੇ ਅਸੀਂ ਚਾਹਦੇ ਤਾਂ ਦੇ ਦਿੰਦੇ ਹਰ ਜੀ ਨੂੰ ਹਦਾਇਤ ਹੋ ਜੀ ਪਰ ਠੀਕ ਨਿਕਲੀ ਗੱਲ ਮੇਰੀ ਤਰਫੋਂ ਪਰ ਮੈਂ ਜ਼ਰੂਰ ਭਰਨਾ ਹੈ ਦੋਜ਼ਖ ਜਿੰਨਾ ਤੇ ਆਦਮੀਆਂ ਇਕੱਠਿਆਂ ਨਾਲ ਸੋ ਸਵਾਦ ਲਓ ਬਦਲੇ ਹੋਸ ਦੇ ਜੇ ਭੁਲਾ ਛੱਡਿਓ ਜੇ ਮਿਲਣਾ ਆਪਣੇ ਇਸ ਦਿਨ ਦਾ ਅਸਾਂ ਵੀ ਭੁਲਾ ਛੱਡਿਆ ਤੁਹਾਨੂੰ ਤੇ ਚੱਖੋ ਮਾਰ ਸਦਾ ਦੀ ਬਦਲੇ ਹੋਸ ਦੇ ਜੋ ਤੁਸੀਂ ਕਰਦੇ ਸੋ ਮੰਨਦੇ ਨੇ ਸਾਡੀਆਂ ਗੱਲਾਂ ਨੂੰ ਨੇਰੇ ਉਹ ਜਿਨ੍ਹਾਂ ਨੂੰ ਜਦ ਨਸੀਹਤ ਕੀਤੀ ਜਾਏ ਆਇਤਾ ਨਾਲ ਜਿਗpend ਨੇ ਸਜਦਾ ਕਰਦੇ ਤੇ ਪਾਕੀ ਬਿਆਨ ਕਰਦੇ ਨਾਲ ਰਲਾ ਕੇ ਸੋਭਾ ਆਪਣੇ ਰੱਬ ਦੀ ਤੇ ਉਹ ਬਲੂਰ ਨਹੀਂ ਕਰਦੇ ਅਲੱਗ ਰਹਿੰਦੇ ਨੇ ਪਾਸੇ ਉਹਨਾਂ ਦੇ ਵਿਛੌਣਿਆਂ ਤੋਂ ਦੁਆ ਮੰਗਦੇ ਨੇ ਆਪਣੇ ਰੱਬ ਤੋਂ ਡਰ ਤੇ ਲਾਲਚ ਨਾਲ ਤੇ ਉਸ ਚੀਜ਼ ਵਿੱਚੋਂ ਜੇ ਦਿੱਤਾ ਐਸਾ ਉਹਨਾਂ ਨੂੰ ਖਰਚਦੇ ਨੇ ਸੋ ਨਹੀਂ ਜਾਣਦਾ ਕੋਈ ਜੀ ਜੋ ਛਪਾ ਰੱਖਿਆ ਉਹਨਾਂ ਲਈ ਜੋ ਠੰਡੇਖੀਆਂ ਦੀ ਬਦਲਾ ਉਸ ਦਾ ਜੋ ਕਰਦੇ ਸਨ ਭਲਾ ਫਿਰ ਜਿਹੜਾ ਹੋਵੇ ਇਮਾਨਦਾਰ ਉਦੇ ਵਾਂਗੂ ਏ ਜਿਹੜਾ ਹੋਵੇ ਬੇਫਰਮਾਨ ਨਹੀਂ ਬਰਾਬਰ ਹੁੰਦੇ ਇਹ ਦੋਵੇਂ ਜਿੰਨਾ ਤੇ ਮੰਨਿਆ ਤੇ ਕੀਚੀਆਂ ਪਲਾਈਆਂ ਸੋ ਉਹਨਾਂ ਲਈ ਬੈਠੇ ਰਹਿਣ ਦਥਾ ਮਹਿਮਾਨੀ ਉਸ ਬਾਬੋ ਜੋ ਕਰਦੇ ਸੋ ਤੇ ਜਿੰਨਾ ਬੇਫਰਮਾਨੀ ਕੀਤੀ ਸੋ ਟਿਕਾਣਾ ਉਹਨਾਂ ਦਾ ਅੱਗੇ ਜਿਸ ਵਾਰੀ ਚਾਣਗੇ ਜੋ ਨਿਕਲਣ ਹੋਥੋ ਮੋੜੇ ਜਾਣਗੇ ਉਸ ਵਿੱਚ ਤੇ ਆਖਿਆ ਜਾਏਗਾ ਉਹਨਾਂ ਨੂੰ ਚੱਖੋ ਮਾਰ ਅਗਦੀ ਜਿਸ ਨੂੰ ਚਿਠੜਾਉਂਦੇ ਹੁੰਦੇ ਸੋ ਤੇ ਅਸੀਂ ਜ਼ਰੂਰ ਚਖਾਵਾਂਗੇ ਉਹਨਾਂ ਨੂੰ ਥੋੜੀ ਜਿਹੀ ਮਾਰ ਓਰੇ ਬੜੀ ਮਾਰ ਦੇ ਸ਼ਾਇਦ ਬਾਦ ਆ ਜਾ ਤੇ ਉਸ ਵਦੇਰਾ ਜ਼ਾਲਮ ਕੌਣ ਹੈ ਜਿਸ ਨੂੰ ਨਸੀਹਤ ਕੀਤੀ ਗਈ ਉਹ ਤੇ ਰਬ ਦੀਆਂ ਆਇਤਾਂ ਨਾਲ ਫਿਰ ਮੂੰਹ ਮੋੜੇ ਉਸੂ ਉਹਨਾਂ ਤੋਂ ਅਸਾਂ ਪਾਪੀਆਂ ਤੋਂ ਜ਼ਰੂਰ ਬਦਲਾ ਲੈਣਾ ਹੈ ਕਿ ਜ਼ਰੂਰ ਦਿੱਤੀ ਅਸਾਂ ਕਿਤਾਬ موسی ਨੂੰ ਸੋ ਤੂੰ ਨਾ ਸ਼ੱਕ ਵਿੱਚ ਰਹਿ ਉਸ ਦੇ ਮਿਲਨੇ ਥੀ ਤੇ ਬਣਾਇਆ ਅਸਾਂ ਉਸ ਨੂੰ ਹਦਾਇਤ بنی ਇਸرائیਲ ਵਾਸਤੇ ਬਣਾਇਆ ਅਸਾਂ ਉਹਨਾਂ ਵਿੱਚੋਂ ਇਮਾਮ ਰਾਹ ਦੱਸਦੇ ਨੇ ਸਾਡੇ ਹੁਕਮਨਾਤ ਜਦ ਸਬਰ ਕੀਤਾ ਨੇ ਤੇ ਸਾਡੀਆਂ ਗੱਲਾਂ ਦਾ ਯਕੀਨ ਕਰਦੇ ਰਹੇ ਜ਼ਰੂਰ ਤੇਰਾ ਰੱਬ ਹੀ ਫੈਸਲਾ ਕਰੇਗਾ ਉਹ ਨਮੀਚ ਦਿਨ ਕਿਆਮਤ ਦੇ ਜਿਸ ਗੱਲ ਵਿੱਚ ਝਗੜਦੇ ਸਨ ਭਲਾ ਤੇ ਨਹੀਂ ਲਾ ਪਾਇਆ ਉਹਨਾਂ ਨੂੰ ਇਸ ਗੱਲ ਨੇ ਜੋ ਕਿਤਨੇ ਹੀ ਬਰਬਾਦ ਕਰ ਚੁੱਕੇ ਹਾਂ ਅਸੀਂ ਪਹਿਲੇ ਉਹਨਾਂ ਦੇ ਸੰਗਤਾਂ ਤੁਰਦੇ ਫਿਰਦੇ ਨੇ ਉਹਨਾਂ ਦੇ ਵਸਣ ਦੇ ਥਾਵਾਂ ਵਿੱਚ ਜ਼ਰੂਰ ਇਸ ਵਿੱਚ ਨੇ ਪਤੇ ਭਲਾ ਫੇਰ ਸੁਣਦੇ ਨਹੀਂ ਭਲਾ ਤੇ ਵੇਖਿਆ ਨਹੀਂ ਨੇ ਭਾਈ ਅਸੀਂ ਤੋੜਨੇ ਆ ਪਾਣੀ ਬਾੜ ਜ਼ਮੀਨ ਵੱਲ ਫੇਰ ਕੱਢਨੇ ਆ ਅਸੀਂ ਉਸ ਨਾਲ ਖੇਤੀ ਖਾਂਦੇ ਨੇ ਉਸ ਵਿੱਚੋਂ ਚੋਖਰ ਉਹਨਾਂ ਦੇ ਤੇ ਉਹ ਆਪ ਭਲਾ ਫੇਰ ਉਹ ਵੇਖਦੇ ਨਹੀਂ ਤਿਆਖਦੇ ਨੇ ਕਦੋਂ ਹੀ ਇਹ ਫੈਸਲਾ ਜੇ ਤੁਸੀਂ ਸੱਚੇ ਹੋ ਆਖੋ ਜੇ ਦਿਨ ਫੈਸਲੇ ਦਾ ਨਫਾ ਨਾ ਦੇਗਾ ਨਾ ਮੰਨਣ ਵਾਲਿਆਂ ਨੂੰ ਮੰਨਾ ਉਹਨਾਂ ਦਾ ਤੇ ਨਾ ਉਹਨਾਂ ਨੂੰ ਢਿਲ ਮਿਲੇਗੀ ਸੋ ਤੂੰ ਮੂੰ ਫੇਲਾਉ ਨਾ ਤੂੰ ਤੇ ਉਹ ਡਿਕਦਾ ਰਹੇ ਜ਼ਰੂਰ ਇਹ ਵੀ ਉਡੀਕਦੇ ਨੇ